ਗੁਰਦੁਆਰਾ ਕੰਗਾ ਸਾਹਿਬ ਜੱਸੋਵਾਲ ਦਰਸ਼ਨ ਕਰਨ ਤੋਂ ਬਾਅਦ ਆਪਾਂ ਜੀ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰਾ ਪੌੜ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਦੌਲੋ ਕਲਾਂ ਜ਼ਿਲ੍ਹਾ ਲੁਧਿਆਣਾ। ਅਤੇ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕਰਵਾਉਂਦੇ ਹਾਂ ਦਰਸ਼ਨ, ਅਤੇ ਆਪਾਂ ਨਾਲੇ ਸੰਖੇਪ 'ਚ ਦੱਸਦੇ ਹਾਂ ਇਤਿਹਾਸ। ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ, ਬਾਹਰ ਗੁਰੂ ਗੋਬਿੰਦ ਸਿੰਘ ਜੀ ਮਾਰਗ ਬਿਲਕੁਲ ਰੋਡ 'ਤੇ ਗੁਰਦੁਆਰਾ ਸਾਹਿਬ ਆ ਜੀ। ਅਤੇ ਉੱਦਾਂ ਹੀ ਇੱਕ ਘੋੜੇ ਦਾ ਸਟੈਚੂ ਜਾਂ ਕਹਿ ਸਕਦੇ ਆਪਾਂ ਉੱਦਾਂ ਹੀ ਲਾਇਆ ਜਦੋਂ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿੰਡ ਜੱਸੋਵਾਲ ਜਿੱਥੇ ਹੁਣ ਗੁਰਦੁਆਰਾ ਕੰਗਾ ਸਾਹਿਬ ਸਥਿਤ ਹੈ ਉੱਥੋਂ ਇੱਥੇ ਪਹੁੰਚਦੇ ਨੇ। ਅਤੇ ਆ ਜਾਓ ਆਪਾਂ ਅੱਗੇ ਦਾ ਇਤਿਹਾਸ ਕਰਦੇ ਹਾਂ ਸਰਵਣ, ਤੁਹਾਨੂੰ ਕਰਵਾਉਂਦੇ ਹਾਂ ਜਾਣੂ ਨਾਲੇ ਗੁਰਦੁਆਰਾ ਸਾਹਿਬ ਦੇ ਕਰਦੇ ਹਾਂ ਦਰਸ਼ਨ। ਉਦੋਂ ਬਹੁਤ ਸੋਹਣਾ ਘੋੜਾ ਸਾਹਿਬ ਵੀ ਦੁਬਾਰੇ ਬਣਾ ਕੇ ਲਾਇਆ ਹੋਇਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰ ਰਿਹਾ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ। ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਨੂੰ ਮਾਰਗ 'ਤੇ ਚੱਲਦੇ ਹੋਏ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਪੌੜ ਸਾਹਿਬ ਦੌਲੋ ਕਲਾਂ ਜ਼ਿਲ੍ਹਾ ਲੁਧਿਆਣਾ। ਅਤੇ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਇੱਕ ਘੋੜੇ ਦਾ ਸਟੈਚੂ ਬਣਿਆ ਹੋਇਆ। ਇਤਿਹਾਸ ਦੀ ਆਪਾਂ ਪਾਉਂਦੇ ਹਾਂ ਤੁਹਾਡੇ ਨਾਲ ਸਨ। ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਹ। ਅਤੇ ਗੁਰਦੁਆਰਾ ਪੌੜ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਦੁਬਾਰਾ ਦੱਸ ਦੇਵਾਂ। ਅਤੇ ਗੁਰਦੁਆਰਾ ਇਤਿਹਾਸ ਦੇ ਬੋਰਡ ਜਾਂ ਫਿਰ ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਪਹੁੰਚਦੇ ਨੇ ਤਾਂ ਉਸ ਟਾਈਮ ਜੰਗਲ ਹੁੰਦਾ ਸੀ, ਬਿਲਕੁਲ ਕੋਈ ਰਸਤਾ ਨਹੀਂ ਸੀ ਹੁੰਦਾ। ਤਾਂ ਇੱਥੇ ਇੱਕ ਸੰਤ ਰਹਿੰਦੇ ਹੁੰਦੇ ਸੀਗੇ, ਸੰਤ ਨਾਰਾਇਣ ਦਾਸ ਜੀ ਜਿਨ੍ਹਾਂ ਦਾ ਨਾਮ ਦੱਸਿਆ ਜਾਂਦਾ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਭਗਤੀ ਕਰਦੇ ਸੀ ਅਤੇ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਗੁਰੂ ਸਾਹਿਬ ਉਹਨਾਂ ਨੂੰ ਮਿਲਣ ਅਤੇ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਅਤੇ ਭਗਤੀ ਕਰਦੇ ਰਹਿੰਦੇ ਨੇ, ਮਨ ਵਿੱਚ ਧਿਆਉਂਦੇ ਰਹਿੰਦੇ ਨੇ। ਅਤੇ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੋਂ ਲੰਘ ਰਹੇ ਹੁੰਦੇ ਨੇ, ਗੁਜ਼ਰ ਰਹੇ ਹੁੰਦੇ ਨੇ, ਤਾਂ ਘੋੜਾ ਇੱਥੇ ਰੁਕ ਜਾਂਦਾ ਅਤੇ ਪੌੜ ਖੜਕਾਉਂਦਾ ਤਾਂ ਸੰਤ ਜੀ ਨੂੰ ਪਤਾ ਲੱਗਦਾ ਅਤੇ ਸੰਤ ਜੀ ਆ ਕੇ ਦਰਸ਼ਨ ਕਰਦੇ ਨੇ ਗੁਰੂ ਸਾਹਿਬ ਦੇ। ਅਤੇ ਇਸ ਤੋਂ ਬਾਅਦ ਉਹਨਾਂ ਨੂੰ ਇੱਥੇ ਅਮਰ ਹੋਣ ਦਾ ਵਰ ਦਿੰਦਾ ਅਤੇ ਸੰਤ ਜੀ ਆਪਣੇ ਨਗਰ ਖੇੜੇ ਦੀ ਜਿਹੜੀ ਆ ਸੁੱਖ ਸ਼ਾਂਤੀ ਮੰਗਦੇ ਆ। ਜਿਵੇਂ ਹੁਣ ਆਪਾਂ ਅਰਦਾਸ ਦੇ ਵਿੱਚ ਜੋ ਵੀ ਜਦੋਂ ਵੀ ਪਿੰਡਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਆ ਤਾਂ ਨਗਰ ਖੇੜੇ ਦੀ ਜਿਹੜੀ ਸੁੱਖ ਅਤੇ ਸ਼ਾਂਤੀ ਮੰਗੀ ਜਾਂਦੀ ਆ, ਉੱਦਾਂ ਹੀ ਭਾਈ ਸਾਹਿਬ ਨੇ ਵੀ ਸੰਤ ਜੀ ਨੇ ਇੱਥੋਂ ਨਗਰ ਖੇੜੇ ਦੀ ਜਿਹੜੀ ਸੁੱਖ ਸ਼ਾਂਤੀ ਮੰਗੀ ਸੀ। ਚਲੋ ਆ ਜਾਓ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕਰਦੇ ਹਾਂ ਦਰਸ਼ਨ ਅਤੇ ਨਾਲੇ ਬਾਕੀ ਇਤਿਹਾਸ ਦੀ ਆਪਾਂ ਦਿੰਦੇ ਜਾਣਕਾਰੀ। ਜੁੜੇ ਰਹੋ ਵੀਡੀਓ ਨਾਲ, ਜੇਕਰ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰਾਂ ਤੱਕ ਵੀ ਇਹ ਇਤਿਹਾਸ ਪਹੁੰਚ ਸਕੇ। ਗੁਰੂ ਗੋਬਿੰਦ ਸਿੰਘ ਜੀ ਮਾਰਗ 'ਤੇ ਆਪਾਂ ਚੱਲ ਰਹੇ ਹਾਂ ਹੁਣ ਆਲਮਗੀਰ ਸਾਹਿਬ ਤੋਂ ਬਾਅਦ ਆਪਾਂ ਗੁਰਦੁਆਰਾ ਕੰਗਾ ਸਾਹਿਬ ਹੁੰਦੇ ਹੋਏ ਇੱਥੇ ਪਹੁੰਚੇ ਹਾਂਗੇ। ਚਲੋ ਅੱਜ ਆਪਾਂ ਤੁਹਾਨੂੰ ਇਤਿਹਾਸ ਬਾਕੀ ਦੱਸੇ ਨਾਲੇ ਗੁਰੂ ਘਰ ਦੇ ਕਰਾਈ ਦਰਸ਼ਨ। ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਪਿੰਡ ਦੇ ਬਿਲਕੁਲ ਵਾਰ ਵਾਰ ਗੁਰੂ ਗੋਬਿੰਦ ਸਿੰਘ ਜੀ ਮਾਰਗ 'ਤੇ। ਇਤਿਹਾਸ ਦੇ ਅਨੁਸਾਰ ਗੁਰੂ ਸਾਹਿਬ 14 ਪੋਹ ਨੂੰ ਚੱਲਦੇ ਹੈਗੇ ਗੁਰਦੁਆਰਾ ਆਲਮਗੀਰ ਸਾਹਿਬ ਤੋਂ, ਅਤੇ 15 ਪੋਹ ਨੂੰ ਇੱਥੇ ਪਹੁੰਚੇ ਆ ਜਦੋਂ ਸੰਤ ਜੀ ਨੂੰ ਗੁਰੂ ਸਾਹਿਬ ਨੇ ਦਰਸ਼ਨ ਕੀਤੇ। ਅਤੇ ਇੱਥੇ ਘੋੜਾ ਜਦੋਂ ਘੋੜਾ ਗੁਰੂ ਸਾਹਿਬ ਪਹੁੰਚਦੇ ਆ ਤਾਂ ਘੋੜਾ ਰੁਕ ਜਾਂਦਾ ਅਤੇ ਪੌੜ ਖੜਕਾਉਂਦਾ। ਪੌੜ ਦਾ ਖੜਕਾ ਸੁਣ ਕੇ ਜੋ ਇਤਿਹਾਸ ਦੇ ਬੋਰਡ 'ਤੇ ਲਿਖਿਆ ਹੋਇਆ ਕਿ ਸੰਤ ਨਾਰਾਇਣ ਦਾਸ ਜੀ ਨੂੰ ਇੱਕ ਲਾਈਟ ਪੈਂਦੀ ਹੈ ਅਤੇ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਇੱਥੇ ਕੋਈ ਤਾਂ ਉਹ ਗੁਰੂ ਸਾਹਿਬ ਦੇ ਦਰਸ਼ਨ ਲਈ ਆਉਂਦੇ ਆ ਅਤੇ ਗਲ ਵਿੱਚ ਪੱਲਾ ਪਾ ਕੇ ਗੁਰੂ ਸਾਹਿਬ ਤੋਂ ਸੇਵਾ ਮੰਗਦੇ ਆ। ਇਤਿਹਾਸ ਦਾ ਬੋਰਡ ਇੱਧਰ ਲੱਗਿਆ ਹੋਇਆ, ਤੁਸੀਂ ਇਤਿਹਾਸ ਦਾ ਬੋਰਡ ਵੀ ਪੜ੍ਹ ਸਕਦੇ ਹੋ। ਜੇਕਰ ਕਿ ਚਲੋ ਜੀ ਅੱਜ ਦਰਬਾਰ ਸਾਹਿਬ ਦੇ ਵਿੱਚ ਆਪਾਂ ਟੇਕ ਲਈ ਮੱਥਾ। ਉੱਦਾਂ ਹੀ ਘੋੜੇ ਦਾ ਲਾਇਆ ਹੋਇਆ ਜਿੱਦਾਂ ਪੌੜ ਖੜਕਾਇਆ ਸੀ ਘੋੜੇ ਨੇ। ਦੱਸਣਾ ਕਰ ਦਈਏ ਕਿ ਜੇਕਰ ਤੁਸੀਂ ਪਿਛਲੀ ਵੀਡੀਓ ਦੇਖੀ ਤਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਅਸੀਂ ਇਤਿਹਾਸ ਦੱਸਿਆ ਹੋਣਾ ਕਿ ਗੁਰੂ ਸਾਹਿਬ ਨੂੰ ਜਿਹੜਾ ਘੋੜਾ ਸੀਗਾ ਉਹ ਭਾਈ ਨਗਾਈਆ ਜੀ ਨੇ ਭੇਟ ਕੀਤਾ ਸੀਗਾ। ਦਰਬਾਰ ਸਾਹਿਬ ਤੋਂ ਟੇਕ ਲਈ ਮੱਥਾ ਕਰੋ ਦਰਸ਼ਨ। ਅੱਛਾ ਜੀ ਉੱਧਰ ਜੀ
दरबार साहब तो हम मत्था पर टेक लिया जी, तो हूँ अगली मंजिल वाल पावे चल रहे आप इतों। इस वीडियो के दर्शन किए ने जी गुरद्वारा पौड़ साहब जिला लुधियाना के स्थित है। तो गुरु साहब इतने जिवें तुहानूं पहला मैं इतिहास की सांझ पाई कि गुरु साहब इतने आउंदे ने ते भाई नारायण दास जी ने दर्शन देंदे ने ते उन्हां नूं अमर होण दा वर दिंदे ने। पिंड दौलो कलां जी, ये पिंड दौलो कलां दे विच गुरु घर बारों बार स्थित है, बिल्कुल खेतों के गुरु गोबिंद सिंह जी मार्ग के बिल्कुल रोड के उपर ही है गुरु घर। तो बहुत सोहना गुरु घर बनया हुआ है, आओ जरूर दर्शन करके जाओ ते नाले होरां नूं भी करवाओ दर्शन ते जुड़े रहो साड़ी सीरीज़ गुरु गोबिंद सिंह जी मार्ग नाल। तो होरां नूं भी वीडियो बहुत बहुत शेयर करो ताकि होर भी साड़ी इस वीडियो सीरीज़ नाल जुड़ सकन ते आपां गुरु घरां दे दर्शन तुहानूं करवाउंदे रहिए। तो चलो जी हुण आपां इत्थों चल पाउंदे आ, चलदे आ आपां अपनी अगली मंजिल वाल गुरु गोबिंद सिंह जी मार्ग ते चलदे हुए अगले गुरु घर दे आपां तुहानूं करवावांगे दर्शन। तद तक लई इजाजत, सबसक्राइब करना चैनल ना भुलो। सत श्री अकाल जी।